अज अं आए जी बटाले, अज आ जगराता साड़ी भूआ जी के घर। इधर आ गई जी अमृतसर वाली भैन साड़ी, जय माता दी। ये मेरा छोटा भरा, मेरी वाइफ सोनिया। चलती भी जोत की जगह तैयारी, इधर भगत चले रोटी खाते पे ने। भगत करते पे जी भोजन। ਕਦ ਚੇਤ ਬਰਸ ਬਾਂਟਾ ਮੰਡਿਆ ਪਹਿਲਾ ਤਾਰਨ ਗੋਦ ਪਰਾ ਜਦ ਗੋਦ ਤੇ ਪ੍ਰਸ਼ਾਦ ਪੈ ਗਿਆ ਜਾਵੇ ਤੁਰਨ ਲੱਗੀ ਦੁੱਖ ਪਣੇ ਬਾਹ ਫੜ ਲਈ ਕਹਿਣ ਲੱਗੀ ਭੈਣ ਜੀ ਮੇਰਾ ਜਗਤਾ ਦੇ ਸਪੁਰ ਨੇ ਗੱਲ ਕੀਤੀ ਗੱਲ ਤੇਰੇ ਘਰ ਭੇਟਾ ਪੱਕਾ ਤੇ ਘੱਟ ਪਣੇ ਕਹਿੰਦੀ ਭੇਟਾ ਤੇ ਬਹੁਤ ਜ਼ਿਆਦਾ ਬੋਲੀਆਂ ਵਾ ਪਰ ਇਹ ਜਿਹੜਾ ਪ੍ਰਸ਼ਾਦ ਤੁਹਾਨੂੰ ਪਾਈ ਤੇ ਬਾਹ ਬਾਹ ਸੁੱਖ ਦੀ ਪਾਉਣੀ ਵਾਰ ਇਹ ਲੰਗਰ ਭੰਡਾਰਾ ਤਿਆਰ ਹੁੰਦਾ ਪਿਆ ਇਹ ਆਪਣਾ ਅਜੇ ਕੁਮਾਰ ਇਹ ਜਗ੍ਹਾ ਤੇ ਕੱਲ ਵਿਆਹ ਹੋਇਆ ਮੁੰਡਾ ਕਿਦਾਂ ਅਜੇ ਬਸ ਵਧੀਆ ਭਾਈ ਹਾਂਜੀ ਖਾਂਦੇ ਪਏ ਜੀ ਖਾਓ ਤੁਸੀਂ ਵੀ ਖਾਓ ਖਾਓ इधर लगी भी अपनी फैमिली की खानी है अच्छा तुम भाव देखी बापा बहुत सवाल की इधर फुफड़ जी घर जगराता जिन्होंने दरबार की।
सारिया संत के बेनती है अपनी बारी बारी आके मत्था टेक लो। Oh,
ਜਦ ਚੇਤ ਬਰਸ ਬਾਟਾ ਮੰਡਿਆ ਪਹਿਲਾ ਤਾਰਾ ਨੇ ਗੋਦ ਪੜਾ ਜਦ ਗੋਦ ਚ ਪ੍ਰਸ਼ਾਦ ਪੈ ਗਿਆ ਘਰਾਂ ਤੁਰਨ ਲੱਗੀ ਦੁੱਖ ਪਟੇ ਬਾਹ ਫੜ ਲਈ ਕਹਿਣ ਲੱਗੀ ਭੈਣ ਜੀ ਮੇਰਾ ਜਗਤਾ ਦੇ ਸਪੁਰ ਨੇ ਕਹਿ ਲੱਗੀ ਕੀ ਗੱਲ ਤੇਰੇ ਘਰ ਭੇਟਾ ਭਗਤ ਤੇ ਘੱਟ ਪਾਈ ਕਹਿ ਲੱਗੀ ਭੇਟਾ ਤੇ ਬਹੁਤ ਜ਼ਿਆਦਾ ਬੋਲੀਆਂ ਵਾ ਪਰ ਇਹ ਜਿਹੜਾ ਪ੍ਰਸ਼ਾਦ ਮੋਬਾਈਲ ਤੇ ਬਾਹਰ ਜਾ ਕੇ ਸਿੰਘ ਦੀ ਪਹੁੰਚਣ ਵਾਲਾ ਰਾਜਾ ਸੋਚ ਕਰੇ ਮਨ ਭਾਰੀ ਇਹ ਕੀ ਕਾਰਨ ਹੋਇਆ ਪਿਆਰੀ ਮੇਰੀ ਸੁਧ ਬੁਧ ਭੁੱਲ ਗਈ ਸਾਰੀ ਕਹਿਣ ਲੱਗਾ ਇਹਨਾਂ ਆਖੋ ਸੇ ਸੱਚ ਨੂੰ ਦੇਖਾ ਜੋ ਝੋਲੀ ਮੇਂ ਡਾਲਾ ਉਹ ਉਨ ਚੀਜ਼ ਸੇ ਏਕ ਨ ਨਿਕਲੀ ਕੋਈ ਜਾਦੂ ਕਰਨ ਵਾਲੀ ਰਾਣੀ ਇਹ ਪ੍ਰਸ਼ਾਦ ਕਿਹੜੇ ਜਾਦੂ ਨਾਲ ਬਦਲਣ ਨੂੰ ਦੱਸ ਰਾਣੀ ਕਹੀ ਰਾਜਾ ਮੇਰਾ ਪੰਥ ਖੰਡੇ ਵਾਲੀ ਤਾਰ ਵੇ ਰਾਜਾ ਤੇਰੇ ਕੋਲੋਂ ਚੱਲਿਆ ਨਾ ਜਾ ਰਾਜਾ ਕਹਿੰਦਾ ਤੇਰਾ ਪੰਥ ਫੁੱਲਾਂ ਵਾਲੇ ਹਾਰ ਨੇ ਰਾਣੀ ਰੱਖਾ ਕਰੇ ਜਪਾ ਰਾਣੀ ਕਹਿੰਦੀ ਰਾਜਾ ਰਾਣੀ ਕਹਿੰਦੀ ਰਾਜਾ ਗੱਲ ਸੁਣ ਬਗਾਨੇ ਪਿੰਡ ਆਏ ਆ ਬਗਾਨੇ ਭੰਡੇ ਆ ਕਰਦੇ ਚਲੋ ਦੇ ਚੰਗਾ ਕਹਿੰਦੀ ਰਾਜਾ ਗੱਲ ਸੁਣ ਇਸ ਮਾਂ ਦੇ ਪੁੱਤਰ ਦਾ ਸਿਰ ਕੱਟੇ ਵੇਖ ਤੇ ਮੇਰੇ ਜੀ ਕਿਦਾਂ ਰੋਣ ਡਈ ਆ ਪਰ ਪਤਾ ਉਦੋਂ ਲੱਗ ਰਿਹਾ ਆਪਣੇ ਮਕਾਨ ਨੂੰ ਅੱਗ ਲੱਗਦੀ ਹੈ ਹੋ ਜੀ ਆਪਾ ਜੀ ਰਾਜੇ ਦੀ ਗੱਲ ਕਰਾਂ ਸੰਤ ਬਣ ਜਾ ਦੇ ਵਾ ਭਗਤ ਬਣ ਜਾ ਕਾਰ ਕਹਿੰਦੇ ਨੇ ਉਸ ਟਾਈਮ ਚੜ੍ਹ ਪੇ ਅੰਮ੍ਰਿਤ ਅੰਬੇ ਰਹਿਣ ਵੀ ਤੀ ਦਿਨ ਚੜ੍ਹ ਪੇ ਅੰਮ੍ਰਿਤ ਅੰਬੇ ਹੋਰੀਏ ਜੈ ਜੈ ਕਰ ਮਗਰ ਵਿੱਚ ਆਰਤੀ ਜੈ ਮਾਂ ਜੋਤਾਂ ਵਾਲੀ ਆਰਤੀ ਜੈ ਮਾਂ ਮੰਦਰਾ ਵਾਲੀ ਆਰਤੀ ਜੈ ਮਾਂ ਕਿਹਦੀ ਉਹਦੇ ਤੇਰਾ ਪਵਣਾ ਬਣਾਇਆ ਅੰਬੇ ਕਿਹਦੀ ਉਹਦੇ ਤੇਰਾ ਪਵਣਾ ਬਣਾਇਆ ਅੰਬੇ ਗੱਡੀ ਵਾ ਬਾਲੇ ਅੰਬੜੀ ਅੰਬੇ ਕੌਣ ਜਾਗੇਗਾ ਸਾਰੀ ਮੰਦਰ ਵਿੱਚ ਆਰਤੀ ਜੈ ਮਾਂ ਜਗਦੀ ਜੋਤਾਂ ਵਾਲੀ ਆਰਤੀ ਜੈ ਮਾਂ ਬਾਕਿਆ ਪਾਉਣਾ ਵਾਲੀ ਆਰਤੀ ਜੈ ਮਾਂ ਕੰਨ ਦੀ ਪੈਣੀ ਵਾ ਬਾਲੇ ਅੰਬੜੀ ਅੰਬੇ ਸ਼ਬਦ ਸੁਹਾਗਣ ਦੀ ਵਾ ਬਾਲੇ ਅੰਬੜੀ ਅੰਬੇ ਜੋਤੀ ਜਾਵੇਗੀ ਸਾਰੀ ਰਣ ਮੰਦਰ ਵਿੱਚ ਆਰਤੀ ਜੈ ਮਾਂ ਜੈ ਮਾਂ ਚਿੰਤਾ ਪੁਰਨੀ ਆਰਤੀ ਜੈ ਮਾਂ ਜਗਦੀਆਂ ਜੋਤਾਂ ਵਾਲੀ ਆਰਤੀ ਜੈ ਮਾਂ ਸੁਧਾ ਦੀ ਆਪੋ ਸੰਗ ਲਿਆਏ ਮਾਂ ਸੀਤਾ ਕੋ ਸੰਗ ਲਿਆਏ ਮਾਂ ਸੀਤਾ ਕੋ ਸੰਗ ਲਿਆਏ ਮਾਂ ਸੀਤਾ ਕੋ ਸੰਗ ਲਿਆਏ ਰਾਮ ਨਗਾਰਾ ਜੁੰਦੇ ਰਾਮ ਨਗਾਰਾ ਅੱਜ ਵਗਾਵਾ ਵੱਜਦੇ ਖੁਸ਼ੀਆਂ ਵਾਲਾ ਮਾਤਾ ਦੇ ਮੰਦਰ ਵੱਜਣ ਦੇ ਪਈ ਵੱਜਣ ਦੇ ਅੱਜ ਵਡਾਵਾ ਵੱਜਣ ਦੇ ਬਹੁ ਭਾਜੀ ਕੰਮ ਸਾਡਾ ਉਹੀ ਹੈ ਸਾਡੇ ਵਿੱਚ ਆਇਆ ਬੀਜ ਬੀਜਿਆ ਧਰਮ ਦਾ ਜਿਹੜਾ ਫੁੱਟ ਅੰਗੂਰੀ ਆਇਆ ਚਾਰੇ ਵੇਦਾਂ ਨੇ ਗੋਡੀ ਗੋਡੀ ਸਹਸਾ ਘਾਸ ਮੁਕਾਇਆ ਪਾਣੀ ਪਾਇਆ ਨਿਜ਼ਮ ਦਾ ਬੂਟਾ ਸੀ ਫਲ ਪਰ ਆਇਆ ਟਿੰਡਾ ਖਿੜ ਗਿਆ ਧਰਮ ਦਾ ਨਾਮ ਕਪਾਸ ਰਖਾਇਆ ਚੁਣ ਅਕਲ ਇਸਤਰੀ ਨੇ ਸਤਸੰਗ ਸਿਵੇ ਨੇ ਲਾਇਆ ਸੂਤਰ ਸੁਰਤੀ ਲੈ ਗਿਆ ਜਿਥੇ ਰਹਿੰਦਾ ਕਬੀਰ ਜਲਾਇਆ ਨਾਲ ਖਿਮਾ ਦੇ ਪਿਆਰ ਨਾਲ ਡੂੰਘਾ ਸੀ ਪੈਲ ਟਕਾਇਆ ਦਾ ਵਿਚਾਰ ਬਖਸ਼ਣਾ ਸੁੱਖ ਵਰਤਾਉਣਾ ਸਭਨਾ ਜੀਵਾਂ ਤੇ ਮਿਹਰ ਬਰਸ ਝੱਤ ਰੱਖਣਾ ਮਹਾਰਾਣੀ ਤੇਰੇ ਨਾਮ ਦੀਆਂ ਜੋ ਵੀ ਅਰਦਾਸਾਂ ਨੇ ਤਿੰਤ ਲਿਖੇ ਲਾਈ ਇਹ ਮਾਇਆ ਜਿਹੜੀ ਹੈ ਮਹਾਰਾਣੀ ਇਹ ਸਭ ਤੇਰੀ ਮਾਇਆ ਹੈ ਜੋ ਕੁਛ ਆ ਤੇਰਾ ਹੈ ਅਸੀਂ ਮਾਂ ਜਿਹੜੀ ਮਾਇਆ ਖਾਂਦੇ ਆ ਅਸੀਂ ਚੰਗੇ ਲਿਖੇ ਲਾਨੇ ਆ ਅਸੀਂ ਬੱਚਿਆਂ ਦੀ ਸੇਵਾ ਕਰਨੇ ਆ ਬੱਚਿਆਂ ਨੂੰ ਦੇ ਦਿੰਨੇ ਆ ਇਹ ਤਿੰਤ ਮਹਾਰਾਣੀ ਲਿਖੇ ਲਾਈ ਤੇ ਕਿਸੇ ਗੱਲ ਦਾ ਮਹਾਰਾਣੀ ਘਾਟਾ ਨਾ ਪਾਵੀ ਕਿਸੇ ਪਰਿਵਾਰ ਦੇ ਵਿੱਚ ਸੁੱਖ ਵਰਤਾਈ ਜੀਆਂ ਚ ਵਾਧਾ ਪਾਵੀ ਇਹ ਮਾਂ ਜਾਗੀ ਜਿਹੜੀ ਅਸੀਂ ਅਰਦਾਸ ਕਰਦੇ ਹਾਂ ਕਿ ਜੀਆਂ ਵਿੱਚ ਸੁੱਖ ਵਰਤਾ ਤੇ ਜੀਆਂ ਚ ਵਾਧਾ ਪਾ ਇਹ ਮਾਂ ਫਿਰ ਵੀ ਤੇਰੇ ਨਾਂ ਦੀ ਇਸੇ ਤਰ੍ਹਾਂ ਭਗਤਾਂ ਨੂੰ ਸੰਤਾਂ ਨੂੰ ਸੱਦ ਕੇ ਤੇਰੇ ਨਾਂ ਜਾਣ ਦੀ ਜੋ ਜਗਾਣਗੇ ਨਾਲੇ ਕਲੀ ਪੂਜਾ ਫਿਰ ਕਰਨਗੇ ਮਹਾਰਾਣੀ ਸੁੱਖਾਂ ਦਾ ਮੀਂਹ ਵਰਸਾਓ ਤੇ ਦੁੱਖਾਂ ਦਾ ਨਾਸ਼ ਕਰੋ ਹਾਂ
ਸਿੰਗਰ ਆਈ ਆ ਚਾਚੀ